ਸਿੱਖਾਂ ਦੀ ਕੀਤੀ ਜਿਹੜਾ ਗੁਰੂ ਮਹਾਰਾਜ ਦੀ ਬੇਅਦਬੀਆਂ ਕਰਾਈਆਂ ਸਿੱਖਾਂ ਨੂੰ ਉੱਤੇ ਗੋਲੀਆਂ ਚਲਵਾਈਆਂ ਉਸੇ ਕਰਕੇ ਅੱਜ ਇਹਨਾਂ ਦੀ ਅਕਲ ਚਾਲ ਜਿਹੜੀ ਆ ਹੋਈ ਹੈ ਆਪ ਉਹ ਬਾਤ ਕਿਉਂ ਪੁੱਛਦੇ ਹੋ ਜੋ ਬਤਾਉਣੇ ਕੇ ਕਾਬਿਲ ਨਹੀਂ ਅਤੇ ਕਿਸਾਨ ਸ਼ਹੀਦ ਹੋ ਰਹੇ ਹੈ ਅਤੇ ਸੁਖਬੀਰ ਬਾਦਲ ਜੀ ਕਹਿ ਰਹੇ ਕਹਿੰਦੇ ਮੈਂ ਅਜੇ ਪਤਾ ਲੂੰਗਾ ਲੋਕਾਂ ਨਾਲ ਵੀ ਅਸੀਂ ਸੰਗਠਾਂ ਇਹਨਾਂ ਨਾਲ ਆਪਣਾ ਭਾਈਵਾਲ ਜੋੜੀਏ ਕਿ ਨਾ ਜੋੜੀਏ ਕਾਂਗਰਸ ਦਾ ਸਟੈਂਡ ਬਿਲਕੁਲ ਕਲੀਅਰ ਹੈ ਤਾਂ ਕੋਈ ਸੁਖਬੀਰ ਬਾਦਲ ਦਾ ਸਟੈਂਡ ਇਹਨਾਂ ਦੀ ਕੀਤੀ ਜਿਹੜਾ ਗੁਰੂ ਮਹਾਰਾਜ ਦੀ ਬੇਅਦਬੀਆਂ ਕਰਾਈਆਂ ਸਿੰਘਾਂ ਨੂੰ ਉੱਤੇ ਗੋਲੀਆਂ ਚਲਵਾਈਆਂ ਉਸੇ ਕਰਕੇ ਅੱਜ ਇਹਨਾਂ ਦੀ ਅਕਲ ਚਾਲ ਜਿਹੜੀ ਆ ਹੋਈ ਹੈ ਉਹਦੇ ਨਤੀਜੇ ਮਜੀਠੀਆ ਦਾ ਸਵਾਲ ਹੈ ਜੀ ਮਜੀਠੀਆ ਦੀ ਸਟੇਟਮੈਂਟ ਨਹੀਂ ਕੋਈ ਸੁਣਨ ਨੂੰ ਮਿਲੀ ਖੇਤੀ ਉਨਤ ਬਿੱਲ ਨੂੰ ਲੈ ਕੇ ਆਪ ਉਹ ਬਾਤ ਕਿਉਂ ਪੁੱਛਦੇ ਹੋ ਜੋ ਬਤਾਉਣੇ ਕੇ ਕਾਬਿਲ ਨਹੀਂ ਹੈ ਸਾਰਾ ਪੰਜਾਬ ਜਾਣਦਾ ਸਭ ਆਹ ਜਿਹੜੇ ਕਹਿੰਦੇ ਨੇ ਵੀ ਚਾਰ ਦਿਨਾਂ 'ਚ ਕੋਰ ਕਮੇਟੀ ਦੀ ਮੀਟਿੰਗ ਹੋਊਗੀ ਅਤੇ ਉਹਦੇ ਬਾਅਦ ਫੈਸਲਾ ਕਰਾਂਗੇ ਸਾਹਿਬ ਆਹ ਫੈਸਲਾ ਤਾਂ ਘਰੇ ਬੈਠ ਕੇ ਕਿਚਨ 'ਚ ਹੋਊਗਾ ਵੀ ਅਗਲੀ ਸ਼ਹਾਦਤ ਕਿਹਦੀ ਹੋਊਗੀ ਜਦੋਂ ਤਾਈਂ ਜਲੰਧਰ ਵਾਲਾ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਫਾਈਲ ਪਈ ਹੈ ਸਾਹਿਬ ਉਦੋਂ ਤਾਈਂ ਆਹ ਫੈਸਲੇ ਹੁੰਦੇ ਨਹੀਂ ਅਦਰਵਾਈਜ਼ ਕਿਹੜੀ ਜ਼ਬਾਨ ਨਾਲ ਅੱਜ ਤੁਰੇ ਫਿਰਦੇ ਕਿਸਾਨ ਮਰ ਰਹੇ ਹੈ ਕਿਸਾਨ ਸ਼ਹੀਦ ਹੋ ਰਹੇ ਹੈ ਅਤੇ ਸੁਖਬੀਰ ਬਾਦਲ ਜੀ ਕਹਿ ਰਹੇ ਕਹਿੰਦੇ ਮੈਂ ਅਜੇ ਪਤਾ ਲੂੰਗਾ ਲੋਕਾਂ ਨਾਲ ਵੀ ਅਸੀਂ ਸੰਗਠਾਂ ਇਹਨਾਂ ਨਾਲ ਆਪਣਾ ਭਾਈਵਾਲ ਜੋੜੀਏ ਕਿ ਨਾ ਜੋੜੀਏ ਕੱਲ੍ਹ ਜਿਹੜਾ 50 ਰੁਪਈਏ ਇਹਨਾਂ ਨੇ ਕਣਕ ਦੀ ਕਮੀਜ਼ 'ਚ ਉਸ 'ਚ ਕੀਮਤ 'ਚ ਵਾਧਾ ਕੀਤਾ ਮੈਂ ਕਹਿੰਦਾ ਰਗੜਿਆ ਇਹਦੇ ਵਿੱਚ ਸਾਡੇ ਜ਼ਖਮਾਂ ਦੇ ਅੰਦਰ ਨੂਣ ਰਗੜਿਆ ਮੋਦੀ ਸਾਹਿਬ ਨਾਲ ਨਹੀਂ ਗਿਲਾ ਮੋਦੀ ਸਾਹਿਬ ਦੇ ਭਾਈਵਾਲ ਆ ਕੋਈ ਬੀਜੇਪੀ ਸਰਕਾਰ ਨਹੀਂ ਆਹ ਬੀਜੇਪੀ ਅਕਾਲੀ ਭਾਈਵਾਲ ਸਰਕਾਰ ਹੈ ਅਤੇ ਅਜੇ ਵੀ ਸੁਖਬੀਰ ਜੀ ਕਹਿ ਰਹੇ ਆ ਦੇਖੋ ਇਹਨਾਂ ਦੀ ਕਰਦੀਆਂ ਮਜਬੂਰੀਆਂ ਤੁਸੀਂ ਕਰਦਾ ਮਸਲਾ ਘਰ 'ਚ ਨਿਬੇੜੋ ਸੁਖਬੀਰ ਜੀ ਪੰਜਾਬ ਦੇ ਵਿੱਚ ਤਾਂ ਕਿਸਾਨ ਦੇ ਨਾਲ ਖੜਨਾ ਪਊਗਾ ਤੁਸੀਂ ਜਦੋਂ ਕਿਸਾਨ ਨੂੰ ਲੋੜ ਸੀ ਉਦੋਂ ਪਿੱਠ 'ਚ ਛੁਰਾ ਮਾਰਿਆ ਅੱਜ ਕਿਸਾਨੀ ਦੇ ਨਾਮ 'ਚ ਲੋਕਾਂ ਨੇ ਤੁਹਾਨੂੰ ਜਾਖਰ ਪਾਰਟੀ ਦਾ ਕੀ ਸਟੈਂਡ ਹੋਊਗਾ 25 ਤੋਂ ਬਾਅਦ ਪਾਰਟੀ ਕਾਂਗਰਸ ਪਾਰਟੀ ਦਾ ਕੀ ਸਰਕਾਰ ਹਰ ਕਦਮ ਜਿਹੜਾ ਮੋਢੇ ਦੇ ਨਾਲ ਮੋਢਾ ਲਾ ਕੇ ਅੱਗੇ ਹੋ ਕੇ ਕਿਉਂਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਬੈਠੇ ਉੱਥੇ SYL ਦੇ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਸੀ ਵੀ CRPF ਲਵਾ ਕੇ ਅਤੇ ਕਰ ਦਿਓ ਸਭ ਅਸੀਂ ਤਾਂ ਪਹਿਲਾਂ ਵੀ ਸਾਨੂੰ ਕਿਸੇ ਨੂੰ ਕਹਿੰਦਾ ਹੱਥ ਕੰਗਣ ਕੋ RC ਕਿਆ ਪੜ੍ਹੇ ਲਿਖੇ ਕੋ ਫਾਰਸੀ ਕਿਆ ਕਾਂਗਰਸ ਦਾ ਸਟੈਂਡ ਬਿਲਕੁਲ ਕਲੀਅਰ ਹੈ ਆ ਕੋਈ ਸੁਖਬੀਰ ਬਾਦਲ ਦਾ ਸਟੈਂਡ ਉਂਦਰ ਸਾਹਿਬ ਨੇ ਕਿ ਜੇਲ੍ਹ ਭਰ ਅੰਦੋਲਨ ਸ਼ੁਰੂ ਕਰਾਂਗੇ ਜੀ ਕੀਤਾ ਵੀ ਅਸੀਂ ਚੱਲੇ ਹਾਂ ਜੀ ਅਕਾਲ ਤਖਤ ਸਾਹਿਬ ਉੱਥੇ ਮੱਥਾ ਟੇਕ ਕੇ ਆਵਾਂਗੇ ਪਰ ਉੱਥੇ ਮੱਥਾ ਨਾ ਟੇਕ ਕੇ ਮੋਦੀ ਸਾਹਿਬ ਦੇ ਮੱਥਾ ਟੇਕਣ ਜਾਂਦੇ ਰਹੇ ਫਿਰ ਉਹਨਾਂ ਨੇ ਕਿਹਾ ਉੱਥੋਂ ਆ ਕੇ ਅਸੀਂ ਅਕਾਲ ਤਖਤ ਸਾਹਿਬ ਜਾਵਾਂਗੇ ਹੁਣ ਅਕਾਲ ਤਖਤ ਸਾਹਿਬ ਤੋਂ ਫਿਰ ਮੂੰਹ ਫੇਰ ਕੇ ਇਹ ਕਹਿੰਦੇ ਅਸੀਂ ਤਲਵੰਡੀ ਸਾਹਿਬ ਆ ਰਹੇ ਹਾਂ ਪਰ ਪੰਜਾਬ ਦੇ ਲੋਕ ਭੁੱਲਦੇ ਨਹੀਂ ਜਿਸ ਤਰ੍ਹਾਂ ਬਰਗਾੜੀ ਬਹਿਬਲ ਕਲਾਂ ਕਾਂਡ ਦਾ ਇਹਨਾਂ ਨੇ ਜੋ ਕੁਛ ਜਬਰ ਪਾਪ ਕੀਤਾ ਉਹਦੇ ਬਾਅਦ ਵੀ ਇਹ ਜਾ ਕੇ ਮਾਫ਼ੀ ਮੰਗਣ ਗਏ ਸੀਗੇ ਅਕਾਲ ਤਖਤ ਸਾਹਿਬ ਅਤੇ ਉੱਥੇ ਮਾਫ਼ੀ ਕੀ ਮੰਗ ਕੇ ਗੁਪਤ ਮਾਫ਼ੀ ਮੰਗ ਕੇ ਆਏ ਉਦੋਂ ਵੀ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਸੀਗਾ ਅੱਜ ਫਿਰ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਮੈਂ ਸਮਝਦਾ ਵਾਹਿਗੁਰੂ ਸਭ ਦੇਖਦਾ ਆਹ ਵਾਹਿਗੁਰੂ ਦੀ ਮੈਂ ਸਮਝਦਾ ਵੀ ਇਹਨਾਂ ਨੂੰ ਆਉਣੇ ਵਾਲੀ ਥਾਂ ਉਹਨਾਂ ਨੇ ਲੈ ਕੇ ਆਉਣਾ ਉੱਥੋਂ ਜ਼ਲੀਲ ਹੋ ਕੇ ਨਿਕਲੇ ਮੋਦੀ ਸਾਹਿਬ ਨੇ ਕੰਨੋਂ ਬਾਹਰ ਕੱਢਿਆ ਸਾਹਿਬ ਜਿਹੜੀ ਸ਼ਹਾਦਤਾਂ ਕਹਿ ਰਹੇ ਹੈ ਸੁਖਬੀਰ ਜੀ ਦੀ ਬੜੀ ਸੋਚੀ ਸਮਝੀ ਚਾਲ ਸੀ ਜਦੋਂ 15 ਤਰੀਕ ਨੂੰ ਅਸੈਂਸ਼ਲ ਕਮੋਡਿਟੀਜ਼ ਐਕਟ ਪੇਸ਼ ਹੋਇਆ ਹੈ ਉਹਦੇ ਵਿੱਚ ਉਹਨਾਂ ਦਾ ਆਹ ਸੀਗਾ ਵੀ ਮੈਂ ਕਿਸਾਨ ਦੀ ਪੱਕੀ ਗੱਲ ਕਰ ਲੂੰਗਾ ਬੀਬਾ ਜੀ ਨੂੰ ਉਹ ਦਿਨ ਆਉਣ ਨਹੀਂ ਦਿੱਤਾ ਹਰਸਿਮਰਤ ਜੀ ਨੂੰ ਵੀ ਤੁਸੀਂ ਲੋਕ ਸਭਾ 'ਚ ਨਾ ਆਇਓ ਤੁਸੀਂ ਆਪਣਾ ਜਾ ਕੇ ਮੋਦੀ ਸਾਹਿਬ ਨੂੰ ਸਮਝਾ ਦਿਓ ਵੀ ਮੈਂ ਇਹਨਾਂ ਦੇ ਨਾਲ ਨਹੀਂ ਮੈਂ ਤੁਹਾਡੇ ਨਾਲ ਹਾਂ ਕਿਸਾਨ ਤਾਂ ਕਮਲੇ ਵੀ ਫਿਰਦੇ ਅਤੇ ਸੁਖਬੀਰ ਹੋਰਾਂ ਦਾ ਸੀਗਾ ਮੈਂ ਜਾ ਕੇ ਉੱਥੇ ਬਾਦਲ ਪਿੰਡ ਜਿਹੜਾ ਮੋਰਚਾ ਲੱਗਿਆ ਜਿਹਦੇ ਵਿੱਚ ਅੱਜ ਸ਼ਹੀਦ ਹੋਏ ਮੈਂ ਜਾ ਕੇ ਕਿਸਾਨਾਂ ਨੂੰ ਕਹਿੰਦਾ ਦੇਖੋ ਮੈਂ ਕਿੱਡਾ ਵਧਾ ਕਦਮ ਲਿਆ ਅੰਦਰ ਰਹਿ ਕੇ NDA 'ਚ ਮੈਂ ਤੁਹਾਡੀ ਗੱਲ ਰੱਖ ਕੇ ਆਇਆ ਪਰ ਸੁਖਬੀਰ ਜੀ ਭੁੱਲ ਗਏ ਉਹ ਤਾਂ ਫਰਾਖ ਦਿਲ ਡਾਕਟਰ ਮਨਮੋਹਨ ਸਿੰਘ ਸੀਗੇ ਜਿਹੜੇ ਪੰਜਾਬ ਦਾ ਜਦੋਂ ਨਾਂ ਆ ਜਾਂਦਾ ਸੀਗਾ ਉਹਨਾਂ ਨੇ ਵੈਸੇ ਗੱਫੇ ਖੋਲ ਦੇ ਦਿੰਦੇ ਸੀਗੇ ਆਹ ਮੋਦੀ ਸਾਹਿਬ ਉਹਨਾਂ ਨੇ ਸ਼ਾਮ ਨੂੰ ਕਹਿਤਾ NDA 'ਚ ਰਹਿ ਕੇ ਅਗਰ ਇੱਕ ਫਲੈਗਸ਼ਿਪ ਜਿਹੜਾ ਪ੍ਰੋਗਰਾਮ ਮੇਰਾ ਹੈ ਮੋਦੀ ਸਾਹਿਬ ਦਾ ਉਹਦੇ ਖਿਲਾਫ਼ ਬੋਲੋਗੇ ਅਸਤੀਫਾ ਦੇ ਦਿਓ ਕਿਉਂਕਿ ਤੁਸੀਂ ਫਾਊਂਡਰ ਮੈਂਬਰ ਰਹੇ ਹੋ NDA ਦੇ ਅਦਰਵਾਈਜ਼ ਮੈਂ ਸ਼ਾਮ ਨੂੰ ਤੁਹਾਨੂੰ ਕਹਿੰਦਾ ਡਿਸਮਿਸ ਕਰੂੰਗਾ ਆਹ ਕੰਨੋਂ ਫੜ ਕੇ ਇਹਨਾਂ ਨੂੰ ਬਾਹਰ ਕੱਢਿਆ ਗਿਆ ਹੁਣ ਇਹਨਾਂ ਨੂੰ ਰਾਜ਼ੀ ਕਰਨ ਵਾਸਤੇ ਅੱਧਾ ਪਰਿਵਾਰ ਉਹਨਾਂ ਦੀ ਬੋਲੀ ਬੋਲ ਰਿਹਾ ਅੱਧਾ ਪਰਿਵਾਰ ਕਿਸਾਨਾਂ ਨੂੰ ਇਹਨਾਂ ਦੀ ਸਮੱਸਿਆ ਉਹੀ ਖੜੀ ਹੈ ਮੈਂ ਇੱਧਰ ਜਾਊਂ ਜਾਂ ਮੈਂ ਉੱਧਰ ਜਾਊਂ ਦੇਖੋ ਸੁਣੀ ਜੀ ਮੈਂ ਇੰਨੀ ਗੱਲ ਕਹੂੰਗਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਗੱਡੀ ਦੇ ਅੱਗੇ ਇੱਕ ਖਰਗੋਸ਼ ਰਾਤ ਨੂੰ ਮਾਰਿਆ ਗਿਆ ਤਾਂ ਉਹਨਾਂ ਨੇ ਡਰਾਈਵਰ ਨੂੰ ਕਿਤੇ ਪੁੱਛ ਲਿਆ ਵੀ ਇਹ ਖਰਗੋਸ਼ ਮਾਰਿਆ ਕਿਉਂ ਗਿਆ ਕਹਿੰਦਾ ਜੀ ਲਾਈਟਾਂ ਪੈ ਗਈਆਂ ਉਹ ਕਹਿੰਦਾ ਜੀ ਗੱਡੀ ਤੇਜ਼ ਸੀ ਕਹਿੰਦੇ ਨਹੀਂ ਇਹਨੂੰ ਆਹ ਹੀ ਫੈਸਲਾ ਨਹੀਂ ਕਰ ਸਕਿਆ ਵੀ ਕਿੱਧਰ ਜਾਣਾ ਚਾਹੀਦਾ ਗਾਂਹ ਜਾਣਾ ਚਾਹੀਦਾ ਕਿ ਪਿਛਾਂ ਜਾਣਾ ਚਾਹੀਦਾ ਇਹਨਾਂ ਦਾ ਵੀ ਹਾਲ ਜਿਹੜਾ ਹੈ ਇਹ ਕਿਸਾਨੀ ਦੇ ਨਾਮ 'ਤੇ ਵੋਟਾਂ 50 ਸਾਲ ਤਾਈਂ ਰਾਜ ਕਰਕੇ ਗਏ ਹੈ ਅੱਜ ਇਹਨਾਂ ਨੂੰ ਆਹ ਵੀ ਸੋਚਣਾ ਪੈ ਗਿਆ ਵੀ ਕਿਸਾਨ ਦੇ ਨਾਲ ਖੜਾਂਗੇ